जस पंजाबी देख रहे सारे दर्शकों का जी आया नूं, मैं हां तुहाडे नाल हरकीरत सिंह आलूवालिया। दोस्तों, नम अखां दे नाल कहना पैंदा है कि एक पासे असी अज अमेरिका का इंडिपेंडेंस डे मना रहे हैं और आने वाले समय दे विच भारत का भी इंडिपेंडेंस डे आएगा 15 अगस्त नूं, लेकिन दूजे पासे जेकर असी अमेरिका की गल करिए, ऑल ओवर वर्ल्ड दे विच वसदे समूचे सिख भाईचारे की गल करिए, ਤਾਂ ਉਹਨਾਂ ਦੀ ਅੱਖਾਂ ਨਮ ਹਨ। ਬਹੁਤ ਠੇਸ ਪਹੁੰਚੀ ਹੈ। ਜੇਕਰ ਮੈਂ ਗੱਲ ਕਰਾਂ ਅਫਗਾਨਿਸਤਾਨ ਬੰਬ ਬਲਾਸ ਦੀ, ਜੋ ਕਿ ਜਲਾਲਾਬਾਦ ਵਿਖੇ ਵਾਪਰਿਆ 1 ਜੁਲਾਈ ਨੂੰ, ਉਸਨੇ ਸਮੁੱਚੇ ਸਿੱਖ ਜਗਤ ਨੂੰ ਇੱਕ ਠੇਸ ਪਹੁੰਚਾਈ ਹੈ, ਕਿਉਂਕਿ ਉਸਦੇ ਵਿੱਚ 15 ਸਿੰਘ ਸਾਹਿਬਾਨਾਂ ਦੀ ਮੌਤ ਹੋਈ ਹੈ। ਲੇਕਿਨ ਜੇਕਰ ਮੈਂ ਅਮੈਰੀਕਾ ਦੀ ਗੱਲ ਕਰਾਂ, ਜੇਕਰ ਮੈਂ ਨਿਊਯਾਰਕ ਦੀ ਗੱਲ ਕਰਾਂ, ਤਾਂ ਇੱਥੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਲੌਂਗ ਆਈਲੈਂਡ ਹਿਕਸਵਿਲ ਵਿਖੇ ਅੱਜ ਅੰਤਿਮ ਅਰਦਾਸ ਅਤੇ ਅਖੰਡ ਸਾਹਿਬ ਪਾਠ ਅੱਜ ਕੀਤਾ ਗਿਆ, ਉਹਦੇ ਭੋਗ ਪਾਏ ਗਏ। ਉਹਨਾਂ ਨੂੰ ਯਾਦ ਕਰਕੇ, ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਕੇ ਅੱਜ ਇੱਥੇ ਮੌਜੂਦ ਤੁਸੀਂ ਵੇਖ ਸਕਦੇ ਹੋ, ਗੁਰਦੁਆਰੇ ਦੇ ਜਿਹੜੇ ਪ੍ਰਬੰਧਕ ਨੇ, ਐਗਜ਼ੈਕਟਿਵ ਮੈਂਬਰਸ ਨੇ, ਇਸ ਟਾਈਮ ਮੌਜੂਦ ਨੇ ਔਰ ਉਹ ਯਾਦ ਕਰ ਰਹੇ ਨੇ ਉਹਨਾਂ ਦੀ ਕੁਰਬਾਨੀ, ਉਹ ਯਾਦ ਕਰ ਰਹੇ ਨੇ ਉਹਨਾਂ ਦੀ ਸ਼ਹਾਦਤ, ਉਹ ਯਾਦ ਕਰ ਰਹੇ ਨੇ ਜੋ ਸਿੱਖ ਕੌਮ ਦੇ ਲਈ ਉਹਨਾਂ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ। ਅੱਜ ਸ਼ੌਕ ਦੀ ਲਹਿਰ ਹੈ ਸਮੁੱਚੇ ਸਿੱਖ ਜਗਤ ਦੇ ਵਿੱਚ, ਅੱਜ ਸ਼ੌਕ ਦੀ ਲਹਿਰ ਹੈ ਹਰ ਉਸ ਸਿੱਖ ਦੇ ਵਿੱਚ ਜੋ ਕਿ ਕਹਿੰਦਾ ਹੈ ਕਿ ਸਿੱਖ ਕੌਮ ਦੇ ਲਈ ਅਸੀਂ ਜਿੱਥੇ ਵੀ ਹੋਵਾਂਗੇ ਉੱਥੇ ਕੇਸਰੀ ਝੰਡੇ ਨੂੰ ਬੁਲੰਦ ਕਰਾਂਗੇ। ਅਤੇ ਮੈਂ ਬੈਠੇ ਹੋਏ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਅਮੈਰੀਕਾ ਦੇ ਵਿੱਚ ਵੀ ਉਹਨਾਂ ਦੀ ਸ਼ਹਾਦਤ ਨੂੰ, ਉਹਨਾਂ ਦੇ ਜਜ਼ਬਾਤ ਨੂੰ ਰੱਖ ਕੇ ਅੱਜ ਤੁਸੀਂ ਸੰਗਤ ਤੱਕ ਪਹੁੰਚਾ ਰਹੇ ਹੋ। ਇਸੇ ਗੱਲ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਇੱਥੇ ਅੱਜ ਐਂਬੈਸਡਰ ਵੀ ਆਏ ਨੇ ਅਫਗਾਨਿਸਤਾਨ ਤੋਂ, ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਕੇ ਆਪਣੀ ਸ਼ਰਧਾਂਜਲੀ ਭੇਟ ਕੀਤੀ ਹੈ ਉਹਨਾਂ ਸਿੰਘਾਂ ਨੂੰ, ਉਹਨਾਂ ਗੁਰੂਆਂ ਦੇ ਸਿੰਘਾਂ ਨੂੰ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਆਪਣੀ ਸ਼ਹਾਦਤ ਦਿੱਤੀ। ਕਿਉਂਕਿ ਮੈਂ ਇਸ ਸ਼ਹਾਦਤ ਮੰਨਦਾ, ਕਿਉਂਕਿ ਇਹਨੂੰ ਟਾਰਗੇਟ ਕਿਲਿੰਗ ਕੀਤਾ ਗਿਆ, ਕਿਉਂਕਿ ਸਿਰਫ ਹਿੰਦੂ ਭਾਈਚਾਰੇ ਦੇ ਲੋਕ ਔਰ ਸਿੱਖ ਭਾਈਚਾਰੇ ਦੇ ਜਿਹੜੇ ਲੋਕ ਸੀਗੇ ਉਹ ਇਸ ਬੰਬ ਬਲਾਸਟ ਦੇ ਵਿੱਚ ਮੌਜੂਦ ਸੀਗੇ। ਲੇਕਿਨ ਜੇਕਰ ਸਪੋਰਟ ਮਿਲਦੀ ਹੈ ਕਿੱਥੋਂ ਨਾ ਕਿੱਥੇ, ਤਾਂ ਸਾਨੂੰ ਅੱਛਾ ਲੱਗਦਾ। ਅਤੇ ਜਨਰਲ ਕੌਂਸਲੇਟ, ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਜੋ ਕਿ ਇੱਥੇ ਪਹੁੰਚੇ ਨੇ ਔਰ ਆਪਣੀ ਟ੍ਰਿਬਿਊਟ ਜਿਹੜੀ ਹੈ ਉਹ ਪੇਸ਼ ਕਰ ਰਹੇ ਨੇ। ਸਰ, ਵੀ ਵੈਲਕਮ ਯੂ ਇਨ ਸਿੱਖ ਟੈਂਪਲ ਐਂਡ ਯੂ ਆਰ ਪੇਇੰਗ ਯੂਰ ਟ੍ਰਿਬਿਊਟ ਫੋਰ ਦੋਜ਼ ਹੂ ਗੋ ਡਾਈਡ, ਦੇ ਆਰ ਸਿੱਖ, ਦੇ ਆਰ ਹਿੰਦੂ ਇਨ ਅਫਗਾਨਿਸਤਾਨ। ਇਮਰੋਜ਼ ਹੀ ਜੋ ਆਮਦ ਹੈ ਬਖਾਤਰ ਗਮ ਸ਼ਰੀਕੀ ਬਵਤਨ ਰਾਏ ਸਿੱਖ ਵ ਹਿੰਦੂ ਇਮਾ ਕਿ ਦਰ ਵਾਕੇ ਹਾਦਸੇ ਜਲਾਬਾਦ ਯਾ ਕੁਸ਼ਤਾ ਸ਼ੁਦਨ ਵ ਦੁਸ਼ਮਨਾਏ ਮਰਦਮ ਅਫਗਾਨਿਸਤਾਨ دشمنای انسانیت، کسایی که از فرهنگ انسان و انسانیت دور هستند، دست به ای عمل فجیع زدن در افغانستان. ای عمل تروریستی از اینا را با شدیدترین الفاظ تقبیح میکنه. شعار همبستگی و وحدت، انشاءالله یک روز افغانستان پر از صلح ਮਹਿਰ ਵਾ ਮੁਹੱਬਤ ਕਾਇਮ ਦਸ਼ਤ। ਕੌਂਸਲਰ ਜਨਰਲ, ਕੀ ਕਹਿਣਾ ਚਾਹੁੰਦੇ ਨੇ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ, ਆ ਕੇ ਉਹਨਾਂ ਨੇ ਵੀ ਅਖਨਮਾ ਦੇ ਨਾਲ ਆਪਣੀ ਗੱਲ ਕਹੀ, ਕੀ ਕੁਛ ਕਹਿਣਾ ਚਾਹੁੰਦੇ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੋਂ ਦੀ ਅਫਗਾਨਿਸਤਾਨ ਦੀ ਸੰਗਤ ਜਿਹੜੀ ਹੈ, ਸਭ ਤੋਂ ਪਹਿਲਾਂ ਆਪਣੀ ਹਕੂਮਤ ਦੀ ਜਿਹੜੀ ਸਾਡੇ ਨਾਲ ਮਿਲ ਜੁਲ ਕੇ ਦੁੱਖ ਸੁੱਖਾਂ ਦੇ ਸਾਥੀ ਬਣ ਗਏ ਔਰ ਸਾਨੂੰ ਭਰੋਸਾ ਦੇਂਦੀਏ, ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਇਸ ਤੋਂ ਪਹਿਲੇ ਹਜ਼ਾਰਾਂ ਇਹ ਵਾਕਏ ਹੋਏ ਨੇ ਕਿ ਇਹ ਅਫਗਾਨੀ ਆਪ ਘੱਟ ਨੇ ਔਰ ਇਹ ਬਾਹਰ ਦੇ ਜਿਹੜੇ ਭੇਜੇ ਹੋਏ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਅਫਗਾਨਿਸਤਾਨ ਦੇ ਵਿਚਕਾਰ ਫੁੱਟ ਪਵੇ ਔਰ ਇੱਕ ਕੌਮ ਦੂਸਰੀ ਕੌਮ ਨਾਲ ਲੜੇ ਔਰ ਉਸ ਵਿੱਚੋਂ ਫਾਇਦਾ ਉਠਾਵੇ, ਇਹ ਉਹ ਲੋਕ ਹਨ। ਉਮੀਦ ਹੈ ਕਿ ਅਸੀਂ ਇਹੋ ਜਿਹੇ ਵਾਕਿਆਤ ਜਿਹੜੇ ਆਏ ਨੇ ਅੱਗੇ ਵੀ ਹੋ ਸਕਦਾ ਕਈ ਵਾਰ ਆ ਜਾਣ, ਰੱਬ ਬਚਾਇਆ ਰੱਖੇ, ਬਟ ਇਹ ਹੈ ਕਿ ਅਸੀਂ ਉਸਦੇ ਨਾਲ ਡਟ ਕੇ ਸਾਹਮਣਾ ਕਰਾਂਗੇ ਔਰ ਸਾਨੂੰ ਗੌਰਮੈਂਟ ਵੱਲੋਂ ਇਹ ਇਤਮੀਨਾਨ ਮਿਲਿਆ ਕਿ ਅਸੀਂ ਇਸਦੀ ਪੂਰੀ ਤਹਿਕੀਕਾਤ ਕਰਕੇ ਔਰ ਜਿਹੜੇ ਮੁਜਰਮ ਨੇ ਉਹਨਾਂ ਨੂੰ ਸਾਹਮਣੇ ਲਿਆ ਕੇ ਸਜ਼ਾਵਾਂ ਦੇਵਾਂਗੇ। امروز هم بسیار خوشحال هستم و هم جگرخون. Today I am very happy and same time very sad. خوشحال چرا هستم؟ به خاطر که در جمع از افغانا خواهرا و برادرا خودم میبینم و اولین بار است که در یه تشریف آورده. وقتی که میبینم همه افغانهای ما جمع میشه نیجه
به خاطر انجام مراسم عبادت، به خاطر دید و دید یکی دیگر، این جای بسیار خوشی و افتخار است. جناب صاحب نے دسیا کہ اج میں ایتھے جو آیا ہاں مینوں ہم خوشی ہے تے ہم غم ہے. خوشی اس کر کے ہے کہ اج سارے بھائی بھراواں نوں بڑے سالاں بعد میں اس گرو گھر وچ جو افغان سکھ سنگتاں والوں جو اکٹھ کر کے اب اج جو پروگرام کیتا گیا ہے، مینوں بڑی خوشی ہے کہ اج سارے نوں میں موقع ملیا کہ میں سب نوں نزدیک کو دیکھ سکاں. اٹ از ویری بیڈ نیوز ناٹ جسٹ فار می، فار اینی ون. Not here in the United States, in Afghanistan too. When we heard what happened, all of the people, men, women, young, young, students, shopkeepers, employees, government, parliament, all of them so sad. لیکن غم کس کر کے ہے؟ غم اس کر کے ہے کہ جو حادثہ جلال آباد شہر میں ہوا ہے، جو سارے سکھ اتے ہندو برا اتے ترورستان دے نال انہاں دے آتم کاتی نال جو حملے نال جو شہید ہوئے ہیں، اس کر کے سانو بہت ہی افسوس تے بہت غم ہویا ہے. وہ لوگ سن جو کہ انہاں وچ ڈاکٹر بھی سن، انہاں وچ فلاسفر بھی سن، انہاں وچ مزدور بھی سن، وہ افغانستان دی انتی واسطے بڑے کچھ سن. در آخر میں خواہم بگویم کہ خداوند بازمانده های ما را که اکساشن دریجه است و کسایش که اکساشن دریجه نیست وارا ببخشه، وارا مغفور و مرحوم بگردانه. همدلی و غمشریکی ما امرای شما هست. پیامی که جناب دوست ما گفتن که باید به خاطر مسائل امنیت دوستان هندو و سکه ما با تدابیر در نظر گرفته شوه، پیام شما را ما به سلامت و به امانت انشاءالله به گوش مقامات خواهد رساندیم و جنرال کنسولی جمهوری اسلامی افغانستان در نیویورک در خدمت شما خواهد است، همیشه بوده و هست و آینده هم خواهد بود. افتخار میکنم که خود از جمع شما میبینم. هر وقت خدمتی بود همکارا و ما تمام دفتر در خدمت شما بودیم. ما از همکاری شما اظهار سپاس و تشکری میکنم. امیدوار هستم که بار دیگر ببینیم اینطور حادثه المناک نباشه و یک روز افغانستان صلح حاکم باشه و ما و شما خوش و خوشحال و با عزت با هم زندگی بکنیم. همه شما را من به خدای پاک می سپارم. بسیار خوش شدم از دیدن شما. بازم به کسایی که کشته شدن باز اونا مغفورت و مرحومت از دربار خدا استدعا دارم و خداوند دیگه این حادثه المناک در افغانستان تکرار نکنه. به خیر و موفق و سلامت باشین شما. جناب محترم نے دسیا کہ میں یہ جڑے شہید ہوئے نے میں انہاں دی آتما واسطے اکال پرکھا کی ارداس کروں گا. انہاں دی آتما نو اپنے چرنے وچ نواس بخشے. پیچھے سارے پروار تے جو ایتھے بھی پروار نے انہاں دے سارے نوں پانا منن دی سمرتھا دے. جس طرح کہ کہندے نے بلبیر سنگھ نے دسیا سی، پیشنہاد کیتی سی کہ اتھے جڑے لوگ رہندے نے انہاں دی امنیت پکڑی جاوے، انہاں دی مدد کیتی جاوے. سو کہندے اے دس دے نے کہ میں اشرف غنی انہاں نوں جا اتھوں دی دولت واسطے میں تھوڑا یہ سندیش پہنچاواں گا کہ جنی بھی مدد ہو سکتی ہے، جو بھی امنیت پکڑ سکتے ہیں وہ پکڑن گے. وہ سارے اند والوں میں آپ جی کا بہت دھنواد کرتا ہاں. لیکن میں وہ سماں دیکھاں گا، کدی ہور آواں گا جو یہ جہاں غم نہ سماں ہوئے، خوشی کا سماں ہوئے، تو میں تھوڑے نال ٹائم گزارا. اس وقت آپ جی تو معافی دے جا چکے جا رہے ہیں، آپ تو معافی منگنے دیں. سو میں یہاں کی جو کوشش یہی ہوئی کہ جس طرح ٹرانسلیٹ جو کہہ رہے ہیں اس سے کہ پیچھے میرے کو غلطی ہو گئی ہوگی، میں معافی دے جا چکا. تشکر اسلام شما، تھینک یو سو مچ فار یور بیڈی. تھینک یو شما دسیا. سو اے سن کونسل افغانستان دے کونسل جنرل جنہوں نے کہ آپ دے سامنے اپنے وچار اتے افغانستان دی سرکار دے وچار رکھے، اتے نال ہی یہ دسیا کہ جدوں بھی اس امبیسی وچ کسی طرح بھی ضرورت ہوئے، لوڑ ہوئے، میں تھوڑے نال ہمیشہ ہمکاری کراں گا. میں انہاں دا دوبارہ دھنواد کرتا ہاں اور اس وقت انہاں نوں اسی اتھے ودائیگی دے رہے ہاں کیونکہ وہ جا رہے ہیں. ایک اور دے دو گل سنو، وہ دوسرے دوست ایک اور جڑے انہاں دے ساتھی سن وہ پوا دو.
ਉਹ ਇਹਨਾਂ ਦੇ ਜੋ ਸਾਥੀ ਕੌਂਸਲਗਰੀ ਤੋਂ ਆਏ ਸਨ ਉਹਨਾਂ ਨੇ ਕਿਸੇ ਵਜ੍ਹਾ ਕਰਕੇ ਕਿਉਂਕਿ ਜਾਣਾ ਸੀ ਉਹ ਚਲੇ ਗਏ ਨੇ ਸੋ ਉਹਨਾਂ ਦਾ ਸਿਰੋਂ ਪਾਓ ਜੋ ਹੈ ਉਹ ਦੇ ਆ ਗਏ ਨੇ ਆ ਜਾਓ ਬਫਰ ਮੈਂ ਸਭ ਜਬ ਅਬਦੁਲ ਸਲਾਮ ਮੁਰਾਦ ਤਸ਼ਕਰ ਸ਼ੁਮਾ ਲਓ ਜੀ ਬੋਲੇ ਸੋਨੇਹਾ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਹੁਣ ਚੱਲਦੇ ਹਾਂ ਸੰਗਤ ਦੇ ਕੋਲ ਸੰਗਤ ਇਸ ਮੁਤਲਕ ਕੀ ਕੁਛ ਕਹਿਣਾ ਚਾਹੁੰਦੀ ਹੈ ਉੱਥੇ ਮੌਜੂਦ ਸਿੱਖ ਬੁੱਧੀਜੀਵੀ ਕੀ ਕਹਿਣਾ ਚਾਹੁੰਦੇ ਨੇ ਉੱਥੇ ਮੌਜੂਦ ਜਿਹੜੇ ਸਾਡੇ ਆਏ ਹੋਏ ਇੱਥੇ ਨੁਮਾਇੰਦੇ ਨੇ ਸਿੱਖ ਨੁਮਾਇੰਦੇ ਨੇ ਉਹ ਕੀ ਕੁਛ ਕਹਿਣਾ ਚਾਹੁੰਦੇ ਨੇ ਆਓ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਵਿਚਾਰ